ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਲਾਡਾ, ਲਾਡਾ ਡਿਸਕਸਰ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਸਾਰਿਆਂ ਦਾ ਕਰ ਰਿਹਾ ਨਿੱਘਾ ਸਵਾਗਤ। ਆਰ ਵੀਰ, ਅੱਜ ਕੀ ਆ ਬੜੀਆਂ ਖਾਸ ਖਬਰਾਂ ਥਾਰੇ ਖਾਤਰ ਲੇਗਾ ਪਹੁੰਚ ਲਿਆ ਵੀਰ। ਆਰ ਸਭ ਤੇ ਪਹਿਲਾਂ ਵੀਰ ਨਿਗਾਹ ਆਪਣੀ ਹੋਵਾ ਹੈਡਲਾਈਨਾਂ ਦੇ ਉੱਪਰ। ਆਰ ਵੀਰ, ਕਹਿ ਸਮੇਤ ਯੋ ਜਿਹੜਾ ਸਮੇਧ ਸੈਣੀ ਇਸ ਨੂੰ ਪੱਕੀ ਜ਼ਮਾਨਤ ਦੇਣੀ ਦੀ ਇਸ ਪਾ ਸੁਣਵਾਈ ਟਲ ਗਈ। ਆਰ ਵੀਰ, ਉੱਧਰ ਸਿੱਧੂ ਮੂਸੇ ਵਾਲੀ ਫਾਇਰਿੰਗ ਕੇਸ ਮਾ ਦੋ ਜਿਹੜੇ ਇਹ ਮੁਲਜ਼ਮਾਂ ਨੂੰ ਇਹ ਉਗਾਊ ਜ਼ਮਾਨਤ। ਆਰ ਇਸ ਕੇ ਗੈਲ ਗੱਲ ਵੀਰ, ਇਹ ਪੰਜਾਬ ਮਾ ਕਹਿ ਫੇਰ ਕਹੀ ਲਾਕਡਾਊਨ ਲਾ ਸਕਾ ਇਹ ਸਿੱਧੂ ਕਹਿ ਰਿਹਾ। ਔਰ ਜੰਨ ਕੇ ਵਿੱਚ ਮੈਂ 50 ਬੰਦੇ ਨਹੀਂ ਲਿਜਾ ਸਕਦੇ ਥੰਮ। ਔਰ ਕੇਂਦਰੀ ਆਰਡੀਨੈਂਸ ਕੇ ਉੱਪਰ ਯੋ ਅਕਾਲੀ ਦਲ ਵਾਲੇ ਇਸ ਸਰਬਸੰਮਤੀ ਵਾਲੀ ਬੈਠਕ ਮੈਂ ਆਏ ਨੀ। ਔਰ ਮੌਸਮ ਕਹਿ ਪਵੇਗਾ ਬਾਰਿਸ਼ ਬਹੁਤ ਤੇਜ਼ ਹੋਵੇਗੀ। ਔਰ ਕਹਿ ਜੇ ਨੂਣ ਵਾਲਾ ਪਾਣੀ ਪੀਵੇਂਗੇ ਥਾਰਾ ਕਰੋਨਾ ਮਰ ਜਾਏਗਾ, ਵਿਗਿਆਨੀ ਟ੍ਰਾਇਲ ਕਰ ਰਹੇ ਇਸ ਗੱਲ। ਯੋ ਵੀਰ, ਅੱਜ ਕਿਆ ਬੜੀਆਂ ਖਬਰਾਂ। ਪਹਿਲਾਂ ਬੜੀ ਖਬਰ ਪਰ ਚਲਾਂ ਵੀਰ, ਜਿਹੜੀ ਨਿਕਲ ਕਾਰ ਹੀ ਕਹਿ ਯੋ ਜਿਹੜਾ ਆਪਣਾ ਸਮੇਧ ਸੈਣੀ ਯੋ ਇਸਕਾ ਕੇਸ ਦੱਸਦੇ ਆ। ਪਹਿਲਾਂ ਕਿਆ ਤਾ ਵੀਰ, ਸਾਬਕਾ IAS ਅਧਿਕਾਰੀ ਤੇ ਛੋਕਰਾ ਯੋ ਜਿਹੜਾ ਸਿਟਕੋ ਕਾ ਜੂਨੀਅਰ ਇੰਜੀਨੀਅਰ ਆਰ ਯੋ ਬਲਵੰਤ ਮੁਲਤਾਨੀ 38 ਸਾਲ ਪਹਿਲਾਂ ਦੀ ਬਾਤ ਵੀ ਭੇਦ ਭਰੀ ਹਾਲਤ ਮਾ ਯੋ ਲਾਪਤਾ ਹੋ ਗਿਆ। ਗੰਭੀਰ ਦੋਸ਼ ਨਿਕਲ ਕਾ ਮੂਹਰਾ ਆਏ ਕਾ ਵੀ ਉਹ ਜਿਹੜਾ ਸਾਬਕਾ DGP ਸਮੇਧ ਸੈਣੀ ਇਸ ਨੂੰ ਪੱਕੀ ਜ਼ਮਾਨਤ ਲੈਣੀ ਦੀ ਸੀ ਨੇ ਯੋ ਟਲ ਗਿਆ ਕੇਸ ਇਸਕਾ ਯੋ ਤਾ। ਔਰ ਇਸੀ ਕਰਕੇ ਵੀਰ ਕਹਿ ਵੀ ਉਹ ਉੱਥਾ ਜਿਹੜੇ ਸਾਡੇ ਜ਼ਿਲ੍ਹੇ ਕੇ ਮਾਣਯੋਗ ਜੱਜ ਸਾਹਿਬ ਮੋਨਿਕਾ ਗੋਇਲ ਕੀ ਅਦਾਲਤ ਦੇ ਵਿੱਚ ਮੈਂ ਦੁਬਾਰਾ ਫਿਰ ਸੈਣੀ ਨੂੰ ਵੱਡੀ ਰਾਹਤ ਦੇਤੀ। ਔਰ ਉਸਕੀ ਗ੍ਰਿਫਤਾਰੀ ਪਰ ਰੋਕ ਲੱਗ ਗਈ। ਔਰ ਪੱਕੀ ਜ਼ਮਾਨਤ ਦੇਣ ਕੇ ਵਿੱਚ ਮੈਂ 6 ਜੁਲਾਈ ਦਾ ਦਿਨ ਰੱਖ ਲਿਆ ਗਾ ਵੀ 6 ਜੁਲਾਈ ਨੂੰ ਦੇਵੇਂਗੇ। ਔਰ ਪੰਜਾਬ ਸਰਕਾਰ ਕੇ ਵਿੱਚ ਮੈਂ ਬਹੁਤ ਚਰਚਿਤ ਕੇਸ ਕੀ ਪੈਰਵੀ ਖਾਤਰ ਨਿਯੁਕਤ ਸਰਕਾਰੀ ਵਕੀਲ ਯੋ ਸਰਤੇਜ ਨਰੂਲਾ ਔਰ ਸਰਕਾਰੀ ਵਕੀਲ ਬੱਤਰਾ ਸੰਜੀਵ ਔਰ ਇਸਕੇ ਬਚਾਅ ਪੱਖ ਵਕੀਲ HS ਧਨੋਆ ਯੋ ਜ਼ਿਲ੍ਹਾ ਅਦਾਲਤ ਮਾ ਪੇਸ਼ ਹੋਏ ਤੇ ਉਹਨਾਂ ਨੇ ਯੋ ਭਖਵੀਂ ਬਹਿਸ ਕਰੀ। ਔਰ ਔਖਾ ਫਿਰ ਮੌਕੇ ਬਾ ਪੀੜਤ ਕਾ ਪਰਿਵਾਰ ਇਨਕਾ ਵਕੀਲ ਤਾ ਪ੍ਰਦੀਪ ਵਿਰਕ ਯੋ ਵੀ ਅਦਾਲਤ ਮਾ ਗਏ ਤੇ ਬਾਤਾਂ ਹੋਈਆਂ ਬਾਅਦ ਵੀਰ ਪਰ ਬਣੀ ਨੀ ਬਾਤ, ਕਰੰਟ ਨਿਕਲਿਆ ਨੀ ਕਾ 6 ਨੂੰ ਕੱਢੇਂਗੇ ਕਰੰਟ। ਚਲੋ ਖੈਰ ਦੇਖੋ। ਔਰ ਉੱਧਰ ਵੀਰ ਪੰਜਾਬੀ ਗਾਇਕ ਉਹ ਸਿੱਧੂ ਮੂਸੇ ਵਾਲਾ ਇਸਕੀ ਫਾਇਰਿੰਗ ਕਾ ਜਿਹੜਾ ਕੇਸ ਸੀ ਉਹ ਆਰਮ ਐਕਟ ਲਗਿਆ ਵਾ ਇਸਕੇ ਉੱਪਰ ਬਰਨਾਲੇ ਦੀ ਅਦਾਲਤ ਮਾ ਕਿਸੀ ਨੇ ਅਜੇ ਤੱਕ ਅਰਜੀ ਨੀ ਦਾਖਲ ਕਰੀ ਜ਼ਮਾਨਤ ਕੀ। ਔਰ ਜੇ ਫੜੇਂਗੇ ਤਾਂ ਹੀ ਅਦਾਲਤ ਕੇ ਕਰੇਂਗੇ ਨਾ ਦਾਖਲ ਅਰਜੀ। ਜੇ ਫੜਿਆ ਨੀ ਬੰਦਾ, ਕੋਈ ਫੜੇ ਨੀ ਹੋਇਆ ਵੀਰ, ਹਾਲੇ ਤਾਂ ਕੋਈ ਬੰਦਾ ਨੀ ਫੜਿਆ, ਨਾ ਪੁਲਿਸ ਵਾਲੇ ਨੇ ਫੜਿਆ ਨਾ ਕੁਛ। ਔਰ ਵੀਰ ਉੱਧਰ ਕਹਿ ਰਹੇ ਕਹਿ ਵੀਰ ਇਬ ਇਸਕੇ ਵਿੱਚ ਮਾ ਉਹ ਜਿਹੜੇ ਪੁਲਿਸ ਵਾਲੇ ਕੋਲ ਗ੍ਰਿਫਤਾਰ ਤੋਂ ਕਰਿਆ ਨੀ ਕਹਾ ਦੋ ਮੁਲਾਜ਼ਮ ਇਹ ਜਿਹੜੇ ਮੁਲਜ਼ਮ ਯੋ ਸੁਖਬੀਰ ਔਰ ਇੰਦਰਜੀਤ ਇਸਕੀ ਅਗਾਊ ਜ਼ਮਾਨਤ ਇਸਕੇ ਉੱਪਰ ਵੀ ਵੀਰ ਕਹਾ ਇਸ ਨੂੰ ਵੀ ਰੱਦ ਕਰਤਿਆ। ਔਰ ਸਿੱਧੂ ਮੂਸੇ ਵਾਲੇ ਦੇ ਪਹਿਲਾਂ ਵੀ ਨਾਮਜ਼ਦ 6 ਜੋ ਜਿਹੜੇ ਪੁਲਿਸ ਵਾਲੇ ਦੇ ਇਹਨਾਂ ਕੀ ਬਟਾਲੇ ਯੋ ਬਰਨਾਲੇ ਕੀ ਸੈਸ਼ਨ ਮਾ ਕੋਰਟ ਮਾ ਯੋ ਅਰਜੀ ਰੱਦ ਕਰਤੀ ਕਾ ਨਾ ਦਿੰਦੇ ਨੀ ਜ਼ਮਾਨਤ। ਔਰ ਬੀਤੀ 1 ਮਈ ਨੂੰ ਯੋ ਸਿੱਧੂ ਇਸਨੇ ਕਿਆ ਕਰਿਆ ਇਸਕੇ ਦੋ ਆੜੀ ਤੇ ਔਰ 6 ਪੁਲਿਸ ਵਾਲੇ ਯੋ ਪੁਲਸੀਏ ਇਹ ਸਾਰੇ ਬੰਦੇ ਇਕੱਠੇ ਹੋ ਬਰਨਾਲੇ ਕੇ ਵੱਡ ਬਰ ਪਵਾ ਉੱਠਾ ਸੰਜੇ ਕੇ 47 ਯੋ ਕੱਢ ਕੇ ਨਾ ਰਫਲ ਇਸਕੇ ਬਣਾ ਕਾ ਵੀਡੀਓ ਚੜਾ ਤੀ ਵੀਰ ਆਵਾ। ਜਦ ਵੀਡੀਓ ਚੜਾਈ ਪਟੇ ਚੜਾ ਲਿਆ ਪੁਲਿਸ ਵਾਲਿਆਂ ਨੇ ਫਿਰ ਇਹ 9 ਬੰਦਿਆਂ ਖਿਲਾਫ਼ ਪਰਚਾ ਹੋਇਆ ਵੀ ਹਾਲੇ ਤਾਂ ਕੋਈ ਨਿਕਲਿਆ ਨੀ ਪਰਚੇਗਾ ਵੈਸੇ। ਚਲੋ ਅੱਗਾ ਦੇਖੋ ਕਿਆ ਬਣਾ। ਔਰ ਉੱਧਰ ਵੀਰ ਬਲਵੀਰ ਸਿੱਧੂ ਜਿਹੜਾ ਮਾਰੇ ਪੰਜਾਬ ਕਾ ਯੋ ਸਿਹਤ ਮੰਤਰੀ ਯੋ ਕਹਿ ਰਿਹਾ ਵੀਰ ਕਹਿ ਪੰਜਾਬ ਮਾ ਫਿਰ ਕੁੰਡਾ ਲਾ ਸਕਾ ਆਪਾਂ ਕਾ ਉਹ ਬਹੁਤ ਕੰਮ ਖਰਾਬ ਹੋ ਰਿਹਾ ਕਾ ਉਹ ਹਟਦੇ ਨੀ ਕਾ ਲੋਕ ਤਾਂ ਟੀਕਦੇ ਨੀ। ਔਰ ਉੱਥਾ ਕਾ ਮਹਾਮਾਰੀ ਇਤਨੀ ਵੱਧ ਗਈ ਕਾ ਵੀ ਯੂ ਕੰਟਰੋਲ ਤੇ ਬਾਹਰ ਹੋ ਰਿਹਾ ਕੰਮ, ਪਹਿਲੇ ਤੋਂ ਕੰਟਰੋਲ ਕਰ ਲਿਆ ਗਾ ਯੂ ਕੰਟਰੋਲ ਨੀ ਹੋ ਰਿਹਾ ਕਾ। ਔਰ ਲਗਾਤਾਰ ਕੇਸ ਵੱਧ ਰਹੇ ਕਾ ਮਨ ਤੋਂ ਆ ਬਹੁਤ ਕਾ ਲੱਗ ਰਹੇ ਇਸਕੇ ਅੱਗਾ ਪਿੱਛਾ ਦੌੜੇ ਫਿਰ ਯਾਰ। ਯੋ ਮੰਤਰੀ ਜੀ ਕਹਿ ਰਹੇ ਕਾ ਵੀ ਫਿਲਹਾਲ ਤੋਂ ਕਾ ਲਾਕਡਾਊਨ ਬਾਰੇ ਕੋਈ ਗੱਲ ਚੱਲਦੀ ਰਹੇਗਾ, ਸਰਕਾਰ ਕਾ ਵਿਚਾਰ ਕਰ ਰਹੀ ਕਾ ਹਾਲੇ ਹਰ ਬਿਮਾਰੀ ਨੂੰ ਬਚਾਣੀ ਕਾ। ਇਸ ਕਰਕੇ ਕਾ ਉਹ ਮੋਬਾਈਲ ਟੈਲੀਫੋਨ ਮੈਸੇਜ ਸੋਸ਼ਲ ਮੀਡੀਆ ਦੇ ਉੱਪਰ ਦੱਸ ਰਹੇ ਲੋਕਾਂ ਨੂੰ ਵੀ ਸੋਸ਼ਲ ਮੀਡੀਆ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ, ਹੱਥ ਮੂੰਹ ਧੋ ਕੇ ਰੱਖੋ, ਦਸਤਾਨੇ ਪਾ ਕੇ ਰੱਖੋ, ਸਿਰ ਪਰ ਟੋਪੀ ਪਾ ਕੇ ਰੱਖੋ, ਮਾਸਕ ਲਾ ਕੇ ਰੱਖੋ, ਸੈਨੇਟਾਈਜ਼ਰ ਲਾ ਕੇ ਰੱਖੋ। ਇਹ ਕਹਿ ਰਿਹਾ ਜਿਹੜੇ ਦਿੱਲੀ ਤੇ ਆ ਰਹੇ ਨਾ ਭਰ ਭਰ ਕਾ ਟੈਂਪੂ ਗਾ ਪੰਜਾਬ ਨੂੰ ਕਾ ਉਹ ਮਾਰ ਰਹੇ ਕਾ ਬੰਦਿਆਂ ਨੂੰ ਕਾ ਉਹ ਕਾ ਕੰਮ ਖਰਾਬ ਕਰ ਰਹੇ ਕਾ ਆਪਣੇ ਪੰਜਾਬਾਂ ਤੋਂ ਹੈ ਨੀ ਕੇਸ ਇਤਨੇ ਕਾ। ਉਹ ਜਿਹੜੇ ਦਿੱਲੀ ਬਾਰਡਰ ਕਰੋਸ ਕਰਕੇ ਪੰਜਾਬਾਂ ਵੜ ਰਹੇ ਵੀ ਉੱਧਰ ਖੱਟਰ ਵਾਲੇ ਸਰਕਾਰ ਉੱਥਾ ਖੱਟਰ ਕੇ ਇਲਾਕੇ ਮੇ ਬਹੁਤ ਹੋ ਰਿਹਾ ਕੇਸ ਵੀਰ। ਹਰਿਆਣੇ ਮਾ 5000 ਤੋਂ ਉੱਪਰ ਟੱਪ ਗਿਆ ਕੰਮ, ਇਹ ਪੰਜਾਬ ਨੂੰ ਕਰੋਸ ਕਰ ਗਏ ਪੰਜਾਬ ਨੂੰ। ਔਰ ਕਹਿ ਰਿਹਾ ਪੰਜਾਬ ਤੋਂ ਅਸੀਂ ਬਚਿਆ ਵਾ ਕੰਮ ਦਾ ਕੰਮ ਟੈਡ ਕਰਿਆ ਮਾਨੇ ਕਾ ਉਹ ਤਾਂ ਹਟਦੇ ਨੀ ਕੱਲ ਉਹ ਫੇਰ ਕਿਹੜੇ ਖਾਂ ਬਾਰ ਈ ਬੱਗਾ ਦੇਖੋ ਵੀਰ ਕਿਆ ਪਤਾ ਕਰੰਟ ਕਰਦੇ ਆ ਫੇਰ ਤੇਜ਼ ਕਰਦੇ ਕਰੰਟ ਕਾ ਇਸ ਤਰ੍ਹਾਂ ਬਣਦੀ ਨੀ ਬਾਤ।
और जे ना टिके लोग का फिर कोई ना कोई जुगाड़ करना पवेगा और फिर कहा भी ला दे यो मतलब ये करो यो लॉकडाउन ला दे कहा लॉकडाउन लग सका वीर और इसकी यो हले फाइनल नहीं करा मन ने कहा कर सकांगा भी यो जितना चल रहा काम दिल्ली वाले कर रहेगा और तो कोई ऐसा नहीं कहा तो है ही नहीं केस मारे नहीं है केस यो दिल्ली वाले मार रहे कहा का बिच यो कर रहे यो सारा यो खुद खेड़ा कर रहे यो खड़े कर रहे चलो कर हर भी अगली खबर सुन लियो केंद्र सरकार यो जी उठा दिशा निर्देश हाई कोर्ट में चुनौती दई सी बंदे ने यो बंदा अरे पंजाब हरियाणा चंडीगढ़ में कहा जन के बीच में पंजाब बंदे आ रहे चढ़ चढ़ का यो बात बना कहा इतना कोरोना थोड़ी हटेगा कोरोना बधेगा कहा यो मच्छरे भूसरे वे बराती कहा एक होगा कोरोना सारे ले बैठेंगे और उधर यो जिसने अर्जी पाई कोर्ट के बीच में इसने अपील करी कहा भी केंद्र सरकार ने नोटिफिकेशन दिया था और कह रहे थे कहा भीर कहा 25 बंदे से ज्यादा जन्म चढ़ नहीं सकते बंदे और उधर कहा पंजाब महाराजा कह रहा पंजाब बंदे चढ़ा लियो जन्म इव जन्म कहा पंजाब बंदे आवे गए पंजाब बंदे उधर 100 बंदा हो गया इव पंजाब के बीच मां चंडीगढ़ मां आ रहे हरियाणे मां यो पंजाब बंदे गए यो जन्म आने घर वाला पै गया बाजे वाले लग बाजे कहा 7 कर लियो 5 कर लियो और 2 बाजे बने नहीं बात ढोल आया कर लियो 1 इतना हो सका और पटीशन करता ने कोर्ट में दसिया कहा भीर कहा यो जिहड़ा लॉकडाउन लग्या 5 इसके गाइडलाइन कहा इसके दिशा निर्देश 50 बंदे का जन्म चढ़ा रहेगा यो बात बना कोई है पंजाब के बीच में हरियाणा के बीच में दाज विरोधी एक्ट लागू लाया वा कहा बुरा कहा 2 केस तो मुरे हो गए एक दूसरे के कहा उधर कह रहे कहा भी दाज विरोधी एक्ट लाया उरा बंदे चढ़ा रहेगा थम 50 बंदे चढ़ा रहे जन्म दाज विरोधी एक्ट में 25 बंदे ले जा सका यो तो उरी काम डबलिंग हो गया कहा यो केड़े हिसाब का लैडर करते इन्होंने मतलब इसका यो भी जेड़े आ रहे ना 350 बंदा यो तो धक्का ही जा रहा वीर यो 50 बंदे वाकले खड़ा कर लिया पटीशन करता ने उदा पैलेस इतना बड़ा हो जाए अद्धा पिंड पैलेस में बैठा लियो चाहे हर ई पटीशन करता ने कहा 50 बंदे का ऑर्डर करो जी कहा यो जेड़े 50 बंदे का ऑर्डर करया 25 कराओ कहा यो इसी का राज जिद्दा दिसती हो फंस गए लोग आ भी जन्म कितने बंदे लेकर जावा कितने ना लेकर चलो कलेश खड़ा हो गया चलो देखो भी अगा क्या और उधर वीर सर्व मीटिंग करी थी सारे नाल मिलका उत्थे राजे ने कट्ठे करे बंदे और फिर उधर कह रहे भी ये जेड़ा आर्डिनेंस करया तैयार है उत्थे आम आदमी झाड़ू वाले बुलाए हाथी वाले आए और दूसरी पार्टी वाले भी आए सारे कट्ठे होगा यो बापू यो प्रकाश लाल का शोक रहा संघबीर बादल यो नहीं आया वीर कहा बापा तो जाते नहीं कहा आई एक पासे तो यो अकाली दल वाले कहा भी आप किसान खातर कहा यो बलिदान देवेंगे शहीदियां देवेंगे ईब आए नहीं कहा यो सीधी वाले बंदे किधर लांगे कहा यो सामते बाहर उधर यो आम आदमी पार्टी झाड़ू खड़ा कर लिया और उधर आम आदमी पार्टी उधर कांग्रेस वाले कहा दसो कहा यो लोक विरोधी कहा जेड़ा यो कढ़िया आर्डिनेंस कुर्बानियों की बात करने वाले कहा यो बात अकाली दल वाले कहा किधर लांगे आया नहीं फिर यो प्रकाश लाल का छोकरा आया नहीं फिर उठा आर मीटिंग करी यार ये उन्होंने मता पास कराया उठा जाकर आम आदमी दिल्ली का मोदी बा उस गल करेंगे बात जाकर उस पूछा भी यो क्या चक्कर क्या कलेस खड़ा हो गया जी और कहा यो जो मता पास कर जिमीदार यो तो कहा यो मंडिया बंद करें चक्कर फिर रहे कहा यो तो पैसा आना बंद हो जाएगा सारा जिमीदार का बेला हो जाएगा यो बात थोड़ी बना कहा यो काम कहा इसको बंद करा काटेंगे यार इसी कर कहा कह रहे भाई आप ऑर्डिनेंस पास करा मैं मोदी पर जाकर मैं दिल्ली पर यो राजा खुल दे मारा फिर जाकर मैं बात कर खा और उधर ना तो फिर यो अकाली वाले अकाली दल आई चलो बीजेपी के तो है ही मोदी बीजेपी वाला बीजेपी तो बेचारे बोलने के आई इस कर चुप रहे अकाली दल भी नहीं आया अकाली दल कह रहे कहा कुर्बानी ने यहाँ का जिम्मेदार खातर आया नहीं कोई भी रुथा और सुखबीर बादल ने यो ऑर्डिनेंस विरोधी मते सहमति जता दी यार कह रहा है केंद्र के सारे का नुकतिया के बारे में लिखती स्पष्टीकरण मंगया जा सका साझा पत्र लिखा का सरकारी भा के यो मतलब खात्मे की सिंचाई के बारे में पूछा जा सका सुखबीर कह रहा है वीर सवाल पूछे दस्तावेज अकाली दल मोहर लाने का तैयार संसद के बीच में कहा ऑर्डिनेंस के ऊपर चर्चा करने तैयार गा सुखबीर बादल कह रहा उठा करेंगे पंजाब में का शराब बीज राशन घोटाला चर्चा ये सर्व पार्टी मीटिंग सद लीगा इन्हें बातों का ना बीज आए बीमार कराया कोई बंदा कट्ठा ना इन्होंने कहा राशन घोटाला ना बंदा कट्ठा कर दारू के ठेके रौला कितना पेगा कोई होया इधर ठेके फड़ेगा कि पूछा नहीं उन्होंने आगे बह के कहा जिम्मेदार ऑर्डिनेंस की मीटिंग करनी ऑर्डिनेंस मीटिंग सारी मीटिंग अगर वो आज करनी फिर यो एक अद्धी मीटिंग का क्या काम यो मतलब यो स्पष्टीकरण चलो खैर और उधर कह रहे पंजाब में मीह पै रहा बहुत पवेगा कहा 28 यो अज तो होगी 26 होगी अज 25 26 तरीक कल 28 तरीक तक मीह बहुत पवेगा 29 तरीक बहुत मीह पवेगा
अपने घर का ला लियो बोरिया बुरी दरवाजे मीह पानी अंदर सारे बन सका। आरबी ऋषि कारका कह रहे का नुकसान पहुंच सका, ऋषि कारका ये कह रहे बहुत मीह आवेगा का यो देखेगा तो जो पंडा ही पंडा खुल जाएगा बारिश की इतनी। और मौसम विभाग वाले कह रहे कहा बारिश का बहुत कम की जे पैगी का बहुत वधिया यो जिमीदार फायदा हो जाएगा का, क्योंकि वो जिमीदार का जरा उत्ता झूना ला रहेगा एक तो लाइट ईरिया लाइट का बिजली का बिल बच जाएगा। और एक कह भी डीजल फूका जो महंगे भाग का डीजल के पैसे बच जाएंगे जिमीदार के। और उधर भीर कलेष यो खड़ा हो रहा कहा भी जो जिमीदार सब्जियां सब्जी ला रहे मंडिया मा कहा यो जो सब्जी बीजा का इनकी सब्जी कर सका यो चक्कर पाएगा जो सब्जी वाला पेगा होर कोई चक्कर है नहीं का बाकी तो का ठीक है का यो जे आवेगा मीह गाण दियो चलो है। और उधर भीर इव कल बाबा रामदेव कह रहा कहा मैंने दवाई तैयार कर ली कहा यो दवाई खाओ कहा कोरोना भजाओ। और कल फिर यो जो अंशुमन विभाग हुआ यो मोदी का बनाया वा उत्था दिल्ली में यो कर लिया भी पर्चियां दिखाओ केड़े केड़े बंदे ठीक करे खाने वो कलेश खड़ा हो गया फिर उत्था यो उत्था जरा उत्तराखंड का यो जो लसंस दिया लसंस वाले कहे मान लो बाबे लसंस भी खंघ की दवाई तैयार करे जो होर दवाई बना दी खाई वो बात बना कहा मैंने दस किठा लिखा भी कोरोने की दवाई तैयार करेंगे था कहा दसो तो सही कहा मैं इतना थोड़े फसा लिया दंदा बाबे ने उत्था दिल आरी कह एक होर नवा निकल भारत में कहा खंघ जमा जुखाम ठीक करना पुराने घरेलू नुस्खे कहा यो गरारे करे करता लोग है खंघ होगी जुखाम गरारा कर लो। स्कॉटलैंड के बीच में यो भीर यो था यो एडबर्न यूनिवर्सिटी बहुत लंबा नाम भीर तो आड़े शुरू का गगे खत्म हुआ और यूनिवर्सिटी में उत्था अध्ययन करा का भी नमक आला पानी गरारे पियो का बसाणु मर जा का नून कल खा बीमार हो जा बसाणु का बेहोश हो जा नून आले पानी कल खा ढिले हो जा मर जा सारे जड़े आ ऋषि कारका भी गरारे करो खा थारा तो कोरोना कोई निकल जाएगा बाहर का कोरोना कल का सैट हो जाए गर्म पानी गरारे करो गा राज्य का सवेरे उठा गर गर कर ले करो सारा कम लौट चलो खैर फिर लाडा डिस्कशन आइयो अज की बड़ी खबर लाडा डिस्कशन लॉकडाउन लगने की तैयारी बलबीर सिद्धू कर रहा आटा दाल सेवियां ये लोग लाके फिर कट्ठिया करन भी कह भी लग सका पर इतना कोई हले रौला है नहीं लोग तो कोई माड़ी जी बात का बलंगड़ बना ला भीर भी पता नहीं क्या हो गया अपना फिर भी सावधानियां वरतो मास्क लगा रखो पांच सौ कल 11-12 लाख रुपया इकट्ठा कर लिया था लुधियाने के बीच में पुलिस वाले ने मास्क वाले चलान कट कट का इस चीज से बचो। और कल उसी टाइम फिर करा मुलाकात लाडे की सारे भी प्यार भरी सत श्री अकाल।